ਸਕੂਲ ਵਿੱਚ ਛੁੱਟੀ ਸੀ ਅਤੇ ਚਾਚੇ ਨਾਲ ਘਰ ਟੈਲੀਵਿਜ਼ਨ ਦੇਖ ਰਹੀਆਂ ਸੀ ਦੋ ਛੋਟੀਆਂ ਬੱਚੀਆਂ। ਅਚਾਨਕ ਛੱਤ ਡਿੱਗੀ ਅਤੇ ਤਿੰਨੇ ਮਲਬੇ ਹੇਠਾਂ ਦੱਬੇ ਗਏ। ਖੜਕਾ ਸੁਣ ਕੇ ਲੋਕ ਇਕੱਠੇ ਹੋਏ ਤਾਂ ਮਲਬੇ ਵਿੱਚੋਂ ਤਿੰਨਾਂ ਨੂੰ ਕੱਢਿਆ ਅਤੇ ਮੁਕਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਕਿਉਂਕਿ ਸਰਕਾਰੀ ਤਾਂ ਡਾਕਟਰ ਹੜਤਾਲ 'ਤੇ ਸੀ। ਘਟਨਾ ਸਵੇਰੇ 9 ਵਜੇ ਦੀ ਹੈ। ਘਰ ਦਾ ਮੁਖੀ ਪੈਂਚਰ ਲਾਉਣ ਆਪਣੀ ਦੁਕਾਨ 'ਤੇ ਗਿਆ ਸੀ, ਪਿੱਛੋਂ ਹਾਦਸਾ ਹੋ ਗਿਆ। ਇੱਕ ਬੱਚੀ ਦੇ ਸਿਰ ਅਤੇ ਦੂਜੀ ਦੇ ਹੱਥ 'ਤੇ ਸੱਟਾਂ ਵੱਜੀਆਂ। ਪਰਿਵਾਰ ਗਰੀਬ ਹੈ, ਕਿਸੇ ਰੱਬੀ ਰੂਪ ਦਾ ਇੰਤਜ਼ਾਰ ਕਰ ਰਿਹਾ ਹੈ। ਹੋ ਸਕਦਾ ਹੈ ਤੁਹਾਡੇ ਸ਼ੇਅਰ ਨਾਲ ਕੋਈ ਮਦਦ ਇਹਨਾਂ ਤੱਕ ਪਹੁੰਚ ਸਕੇ। ਆਓ ਚੱਲਦੇ ਹਾਂ ਇਸ ਪਰਿਵਾਰਕ ਮੈਂਬਰਾਂ ਦੇ ਨਾਲ ਅਤੇ ਸੁਣਦੇ ਹਾਂ ਕਿਵੇਂ ਹੋਇਆ ਇਹ ਦਰਦਨਾਕ ਹਾਦਸਾ। ਸੁਬਹਾ 8 ਵਜੇ ਦਾ ਟਾਈਮ ਸੀਗਾ ਅਤੇ ਮੈਂ ਰੋਟੀ ਬਣਾਉਂਦੀ ਪਈ ਸੀ ਅਤੇ ਬੱਚੇ ਮੇਰੇ ਦੋਵੇਂ ਅੰਦਰ ਸੀਗੇ 3 ਜਣੇ ਅਤੇ ਇਹ ਛੱਤ ਬੱਚਿਆਂ ਦੇ ਉੱਤੇ ਡਿੱਗ ਗਈ ਅਤੇ ਨੱਪੇ ਗਏ ਅਤੇ ਪਿੰਡ ਵਾਲਿਆਂ ਨੇ ਆ ਕੇ ਬੱਚਿਆਂ ਨੂੰ ਕੱਢਿਆ ਅਤੇ ਆਂਢ ਗੁਆਂਢ ਨੇ ਕੱਢਿਆ ਬਹੁਤ ਆ ਕੇ ਅਤੇ ਛੋਟੀ ਕੁੜੀ ਅਤੇ ਵੱਡੀ ਕੁੜੀ ਦੀ ਹਾਲਤ ਬਹੁਤ ਵੀ ਸੀਰੀਅਸ ਆ ਅਤੇ ਜੋ ਵੀ ਸਾਡੀ ਮਦਦ ਕੀਤੀ ਜਾਵੇ ਗੁਲਾਬੇ ਵਾਲੇ ਤੋਂ। ਬੱਚਿਆਂ ਦੇ ਹਾਲਾਤ ਬਹੁਤ ਖਰਾਬ ਆ, ਇੱਕ ਦਾ ਹੱਥ ਕੱਟਿਆ ਗਿਆ ਅਤੇ ਇੱਕ ਦਾ ਸਿਰ 'ਚ ਸੱਟ ਹੈਗੀ ਆ ਅਤੇ ਮੁੰਡਾ ਵੱਡਾ ਇੱਕ ਦਿਓਰ ਆ, ਉਹਦੇ ਵੀ ਵਾਹਵਾ ਸੱਟਾਂ ਵਾ। ਹਾਂਜੀ ਘਰ ਸੀ ਅੱਜ, ਟੀ ਵੀ ਵਹਿੰਦੇ ਪਏ ਸੀ ਅੰਦਰ। ਬਰਸਾਤ ਦੇ ਚੱਕਰ 'ਚ ਹੋਇਆ ਪਰ ਪਤਾ ਨਹੀਂ ਰੱਬ ਦਾ ਭਲਾ ਸੀ ਵੀ ਜਾਂ ਕਿਵੇਂ ਸੀ, ਬਰਸਾਤ ਕਰਕੇ ਹੀ ਹੋਇਆ ਸ਼ਾਇਦ। ਨਹੀਂ ਜੀ ਕੋਈ ਗੱਲਬਾਤ ਨਹੀਂ ਹੈਗੀ ਸੀ ਪਹਿਲਾਂ ਦੀ ਸਾਡੀ ਇੱਦਾਂ ਦੀ। ਜੀ ਮੇਰੇ ਘਰ ਦੇ ਤਾਂ ਰੋਟੀ ਪਕਾਈ ਜਾਂਦੇ ਸੀਗੇ ਅਤੇ ਮੈਂ ਬਾਹਰ ਆਪਣੀ ਟਾਇਰਾਂ ਦੀ ਦੁਕਾਨ ਹੈਗੀ ਆ, ਮੈਂ ਗੱਡੀ ਦਾ ਟਾਇਰ ਆ ਗਿਆ ਰਿਪੇਅਰ ਕਰਨ ਜਾ ਵੜਿਆ ਅਤੇ ਇੱਕੇ ਵਾਰੀ ਨਾ ਮੇਰੇ ਵੀ ਜਵਾਕਾਂ ਨੂੰ ਛੁੱਟੀ ਸੀਗੀ ਅਤੇ ਅੱਜ ਅਤੇ ਅੰਦਰ ਸੀਗੇ ਟੀ ਵੀ ਵੇਖਦੇ ਪਏ ਸੀਗੇ, ਮੇਰਾ ਭਰਾ ਵੀ ਬੈਠਾ ਸੀ ਉਹ ਵੀ ਵੇਖਦਾ ਪਿਆ ਸੀਗਾ। ਇੱਕੇ ਵਾਰੀ ਪਤਾ ਨਹੀਂ ਕੀ ਹੋਇਆ ਛੱਤ ਸਾਰੀ ਇੱਕੇ ਵਾਰੀ ਡਿੱਗ ਪਈ, ਜਵਾਕ ਮੇਰਾ ਉੱਥੇ ਸਾਰੇ ਥੱਲੇ ਆ ਕੇ ਭਰਾ ਵੀ ਮੇਰਾ ਨੱਪਿਆ ਗਿਆ ਅਤੇ ਮੁੜ ਕੇ ਸਾਰੇ ਪਿੰਡ ਵਾਲਿਆਂ ਨੇ ਆ ਕੇ ਕੱਢਿਆ ਹੈਗਾ। ਬਾਕੀ ਪਹਿਲਾਂ ਮੀਂਹ ਮੂੰਹ ਪੈਂਦੇ ਸੀਗੇ ਉਦੋਂ ਛੱਤਾਂ ਚਲੋ ਡਿੱਗੀਆਂ ਵੀ ਸੁਣਦੇ ਸੀਗੇ, ਮੀਂਹ ਵੀ ਨਹੀਂ ਪਿਆ ਕੁਛ ਨਹੀਂ ਹੋਇਆ, ਛੱਤ ਪਤਾ ਨਹੀਂ ਕਿਵੇਂ ਡਿੱਗ ਪਈ ਆ ਅਤੇ ਸਾਰਿਆਂ ਨੂੰ ਬੇਨਤੀ ਆ ਵੀ ਹੈਲਪ ਕੀਤੀ ਜਾਵੇ। ਪ੍ਰਸ਼ਾਸਨ ਅਸੀਂ ਅਪੀਲ ਕਰਦੇ ਹਾਂ ਵੀ ਇਹ ਗਰੀਬ ਪਰਿਵਾਰ ਹੈ ਵੀ ਜਿਹੜਾ ਆਪਦਾ ਮਤਲਬ ਕਿ ਤੁਸੀਂ ਦੇਖ ਹੀ ਲਿਆ ਸਾਰੇ ਹਾਲਾਤ ਵੀਡੀਓ ਰਾਹੀਂ ਵੀ ਬਹੁਤ ਨਾਜ਼ੁਕ ਹੈ ਕਿਉਂਕਿ ਵਿਚਾਰਿਆਂ ਨੇ ਆਪਦਾ ਜਿੰਨੇ ਵੀ ਤਕਰੀਬਨ ਇਹਨਾਂ ਦੇ ਫਾਦਰ ਜੀ ਉਹਨਾਂ ਦੀ ਵੀ ਡੈਥ ਹੋਈ ਹੈ ਅਤੇ ਉਹਨਾਂ ਨੇ ਜਿਹੜਾ ਇਹ ਘਰ ਬਾਰ ਬਣਾਇਆ ਸੀ ਇਹਨਾਂ ਦਾ, ਇਹ ਆਪ ਬਸ ਆਪਣੇ ਬੱਚੇ ਜਿਵੇਂ 4 ਬੱਚੇ ਇਹਨਾਂ ਦੇ ਉਹਨਾਂ ਦੇ ਬਸ ਆਪਦਾ ਪੈਂਚਰ ਪੁੰਚਰ ਲਾ ਕੇ ਸਾਈਕਲਾਂ ਦੇ ਮੋਟਰਸਾਈਕਲਾਂ ਦੇ ਆਪਦਾ ਰੋਜ਼ੀ ਰੋਟੀ ਕਮਾ ਕੇ ਆਪਦਾ ਗੁਜ਼ਾਰਾ ਕਰਦੇ ਸੀਗੇ ਅਤੇ ਅਪੀਲ ਇਹ ਹੀ ਹੈ ਵੀ ਜਿਹੜੇ ਵੀ ਕੋਈ ਦਾਨੀ ਸੱਜਣ ਨੇ ਬਾਹਰੋਂ ਆ ਦੇਸ਼ਾਂ ਦੇ ਵਿੱਚ ਬੈਠੇ ਨੇ ਜਾਂ ਕੋਈ ਹੋਰ ਇੱਥੋਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਉਹ ਵੱਧ ਤੋਂ ਵੱਧ ਇਹਨਾਂ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਅਸੀਂ ਵੀ ਜਿੰਨਾ ਵੀ ਆਪਦੇ ਪਿੰਡ ਵੱਲੋਂ ਵੀ ਜਿੰਨਾ ਸਹਿਯੋਗ ਸੀ ਬੱਚਿਆਂ ਤਕਰੀਬਨ 25,000 ਰੁਪਇਆ ਇਕੱਠਾ ਕਰ ਚੁੱਕੇ ਹਾਂ ਜਿਹੜਾ ਇਲਾਜ ਇਹਨਾਂ ਦਾ ਕਰਵਾ ਰਹੇ ਹਾਂ ਅਤੇ ਇੱਕ ਬੱਚੀ ਦਾ ਜਿਹੜਾ ਹੱਥ ਕੱਟਿਆ ਗਿਆ ਥੱਲੇ ਆਉਣ ਕਰਕੇ ਉਹਨਾਂ ਦਾ ਡਾਕਟਰਾਂ ਨੇ ਤਕਰੀਬਨ ਸਰਜਰੀ ਜਾਂ ਆਪਰੇਸ਼ਨ ਵਗੈਰਾ ਹੋਊਗਾ ਜਿਹਦੇ ਉੱਤੇ ਕਾਫੀ ਖਰਚਾ ਆਊਗਾ ਅਤੇ ਉਹਨਾਂ ਨੂੰ ਸਾਨੂੰ 24 ਘੰਟੇ ਦਾ ਸਮਾਂ ਦਿੱਤਾ ਵੀ ਜੇ ਤਾਂ ਕੋਈ ਇਲਾਜ ਹੋ ਗਿਆ ਤਾਂ ਹੱਥ ਹੋ ਸਕਦਾ ਸਹੀ, ਜੇ ਨਾ ਹੋਇਆ ਇਲਾਜ ਤਾਂ ਉਹ ਹੱਥ ਸਾਰੀ ਉਮਰ ਲਈ ਵੀ ਜਿਹੜੀ ਉਹ ਬੱਚੀ ਹੈ ਛੋਟੀ ਵੀ ਉਹ ਰਹਿ ਸਕਦੀ ਹੈ ਵੀ ਇਲਾਜ ਨਾ ਹੋਇਆ ਤਾਂ, ਇਸ ਕਰਕੇ ਅਪੀਲ ਹੈ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਗੁਲਾਬੇ ਵਾਲੇ ਤੋਂ ਪੇਸ਼ੈਂਟ ਆਏ ਆ ਤਾਂ ਕਿਸ ਤਰ੍ਹਾਂ ਦੀ ਹਾਲਤ ਹੈ? ਦੋ ਬੱਚੀਆਂ ਆਏ ਹੈ ਜੀ ਛੱਤ ਡਿੱਗੀ ਉਹਨਾਂ ਦੇ ਉੱਤੇ, ਇੱਕ ਦੇ ਤਾਂ ਸਿਰ ਦੀ ਸੱਟਾਂ ਛੋਟੀ, ਇੱਕ ਦਾ ਹੱਥ ਫਿਸ ਗਿਆ।
ਕਿਸ ਤਰ੍ਹਾਂ ਦੀ ਹਾਲਤ ਹੈ? ਵੈਸੇ ਖਤਰੇ ਤੋਂ ਬਾਹਰ ਹੈ ਬਟ ਇਲਾਜ ਲੰਬਾ ਚੱਲ ਰਿਹਾ।